ਭੱਜੂ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ ਅੱਜ ਸਵੇਰੇ ਘਰ ਦੇ ਬੇੜੇ ਨਵੇਂ ਲਾਇਕਾ ਨੂੰ ਵੇਖ ਇਹ ਛੋਟੇ ਹੁੰਦੇ ਆ ਸੁਣੀ ਬੋਲੀ ਯਾਦ ਆ ਗਈ ਬਗੀਚੀ ਦੇ ਇੱਕ ਪਾਸੇ ਬੈਠਾ ਆਪਣੀ ਆਦਤ ਅਨਸਾਰ ਇਸ ਬੋਲੀ ਦੇ ਸ਼ਬਦੀ ਤੇ ਡੂੰਗੇ ਭਾਵ ਅਰਥਾਂ ਨੂੰ ਖੋਖਣ ਲੱਗ ਪਿਆ ਹਰੇ ਹਰੇ ਕਾ ਉਤੇ ਸੱਪ ਫੂਕਾ ਮਾਰਦਾ ਭਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ ਪੁਰਾਣੇ ਸਮਿਆਂ ਵਿੱਚ ਕੰਮ ਵੰਡੇ ਹੁੰਦੇ ਸਨ ਕੋਈ ਬਾਪੂ ਵਗਦੀ ਨਹਿਰ ਦੇ ਕੰਢੇ ਮੱਝਾਂ ਚਾਰ ਰਿਹਾ ਹੋਏਗਾ ਜਦ ਉਸ ਦੀ ਧੀ ਗਰਮ ਡੋਲੂ ਵਿੱਚ ਸਨੇ ਸਟੀਲ ਦੇ ਗਲਾਸ ਉਸ ਨੂੰ ਚਾਹ ਦੇ ਕੇ ਮੁਰਦੀ ਕਾਲਾ ਸੱਪ ਨਜਰੀ ਪਿਆ ਹੋਏਗਾ ਤਦ ਉਸਨੇ ਦੂਰ ਪੱਠੇ ਵੜਦੇ ਜਾਂ ਝੋਨੇ ਵਿੱਚੋਂ ਸਮਾਗ ਦੇ ਬੂਟੇ ਕੱਢਦੇ ਵੀਰਾਂ ਨੂੰ ਉੱਚੀ ਹਾਕ ਮਾਰੀ ਹੋਏਗੀ ਇਹ ਬੋਲੀ ਪਿਛਲੇ 1 ਦਹਾਕੇ ਤੋਂ ਪਹਿਲਾਂ ਵਾਲੇ ਸਮੇਂ ਤੱਕ ਸਾਰਥਕ ਸੀ ਫਿਰ ਪੰਜਾਬੀਆਂ ਦਾ ਰਹਿਣ ਸਹਿਣ ਤੇ ਖਾਣ ਪਾਣ ਬਦਲਣ ਲੱਗ ਪਿਆ ਮੱਝਾਂ ਚਾਰਨ ਦਾ ਰਿਵਾਜ ਪੰਜਾਬ ਵਿੱਚ ਨਵੇਂ ਵਸੇ ਗੁਜਰਾں ਤੱਕ ਸੀਮਤ ਹੋ ਕੇ ਰਹਿ ਗਿਆ ਤੇ ਪੰਜਾਬੀ ਵੀਰ ਹੌਲੀ ਹੌਲੀ ਨਹੀਂ ਨਹੀਂ ਤੇਜ਼ ਤੇਜ਼ ਬਾਹਰ ਨੂੰ ਪਲਾਨ ਕਰਨ ਲੱਗ ਪਏ ਹੁਣ ਕੋਈ ਬਜ਼ੁਰਗ ਮਾਪੇ ਜੇ ਮੁਸੀਬਤ ਵਿੱਚ ਹੋਣ ਤਾਂ ਭੈਣ ਕਿਸ ਵੀਰ ਨੂੰ ਆਵਾਜ਼ ਮਾਰ ਕੇ ਬੁਲਾਉ ਸਭਨਾਂ ਨੂੰ ਤਾਂ ਚੰਗੇ ਭਵੇਖ ਦੀ ਮ੍ਰਿਗ ਤ੍ਰਿਸ਼ਨਾ ਦੂਰ ਮੁਲਕਾਂ ਵਿੱਚ ਖਿੱਚ ਕੇ ਲੈ ਗਈ। ਓਹੋ। ਉਵਾਜਾਂ ਦੀਨ ਵਾਲੀ ਭੈਣ ਜਿਸ ਕੋਲ ਬੁੱਢੇ ਮਾਪਿਆਂ ਦੀ ਚੀਜ਼ ਜਰੀ ਨਹੀਂ ਗਈ। ਉਹ ਵੀ ਕਿੱਥੇ ਐ ਹੁਣ? ਉਸ ਭੈਣ ਨੂੰ ਆਇਲੈਂਡ ਦੇ ਬੈਂਡ ਜਾਂ ਵਿਦੇਸੀ ਦੂਲਾ ਪਰਨਾ ਕੇ ਦੂਰ ਦੇਸ਼ ਲੈ ਗਿਆ ਰੈਗ ਮਾਪੇ ਕੱਲੇ ਪਹਿਲਾ ਪਹਿਲਾ ਪ੍ਰਵਾਸ ਨੇ ਸਣੇ ਫੁੱਲ ਪੱਤੇ ਟਾਹਣੀਆਂ ਪਣੇ ਜੜਾਂ ਸਾਫ਼ ਕਰ ਦਿੱਤੇ ਕੁੱਲ ਇੱਕ ਇੱਕ ਕਰਕੇ ਪੂਰਾ ਪਰਿਵਾਰ ਆਪਣਾ ਘਰ ਕਾਟ ਜ਼ਮੀਨਾਂ ਛੱਡ ਪ੍ਰਦੇਸੀ ਹੋ ਗਿਆ ਨਵੀਂ ਪੀੜੀ ਨੂੰ ਡਾਲਰਾਂ ਵਿੱਚ ਕੰਮ ਤੇ ਪੁਰਾਣੀ ਨੂੰ ਪੈਨਸ਼ਨਾਂ ਮਿਲਣ ਲੱਗ ਪਈਆਂ ਪਰ ਹੌਲੀ-ਹੌਲੀ ਬਾਹਰਲੇ ਦੇਸ਼ਾਂ ਨੇ ਨਿਯਮ ਬਦਲੇ ਤੇ ਬਜ਼ੁਰਗਾਂ ਦੇ ਜਾਵਨ ਤੇ ਰੁਕਾਵਟਾਂ ਆਉਣ ਲੱਗੀਆਂ ਹੁਣ ਹਾਲਾਤ ਇਹ ਹਨ ਕਿ ਬੋੜ ਵਾਂਗ ਤਣੇ ਦੀਆਂ ਸਾਖਾਂ ਜੜ ਬਣ ਨਵੇਂ ਘਰ ਲੈ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਪਈਆਂ ਪਰ ਪੁਰਾਣੀਆਂ ਪਾਪ ਮਾਪੇ ਜਿਹੜਾ ਇਕਲਾਪੇ ਦੀ ਸੰਯੋਗ ਦਾ ਸ਼ਿਕਾਰ ਹੋ ਅੰਦਰੋਂ ਖੋਖਲੀਆਂ ਹੋਣ ਲੱਗ ਪਈਆਂ ਪਿਛਲੇ ਉਮਰੇ ਇਨਸਾਨ ਸਰੀਰਕ ਤੇ ਮਾਨਸਿਕ ਤੌਰ ਤੇ ਬੱਚਿਆਂ ਵਰਗੀ ਦੇਖਭਾਲ ਤਾਂਗਦਾ ਹੈ ਇਹ ਉਸ ਦਾ ਹੱਕ ਵੀ ਹੈ ਤੇ ਬੱਚਿਆਂ ਦਾ ਫਰਜ਼ ਵੀ ਕਿ ਜੋ ਉਹਨਾਂ ਦੀ ਸਾਲਾਂ ਪਹਿਲਾਂ ਮਾਪਿਆਂ ਨੇ ਕਾਸ਼ਾ ਪੂਰੀਆਂ ਕੀਤੀਆਂ ਜੋ ਸਾਲਾਂ ਪਹਿਲਾਂ ਮਾਪਿਆਂ ਨੇ ਉਹਨਾਂ ਨੂੰ ਦਿੱਤਾ ਉਹ ਸਹਿ ਸੂਦ ਮਾਪਿਆ ਨੂੰ ਹੱਸਦੇ ਆਂ ਵਸਦੇ ਆਂ ਮੋੜਿਆ ਜਾਵੇ ਪਰ ਕਾਲ ਤੇ ਸਥਾਨ ਦੀ ਮਜਬੂਰੀ ਕਾਰਨ ਪ੍ਰਦੇਸ਼ ਗਿਆ ਬੱਚਿਆਂ ਕੋਲੋਂ ਇਹ ਸੰਭਵ ਨਹੀਂ ਹੋ ਪਉਂਦਾ ਕੁਝ ਪਾਲਿਸ਼ ਨਦੀਆਂ ਵੀਡੀਓ ਕਾਲਾਂ ਇੱਕ ਫਿਲਮੀ ਚਲਚਿੱਤਰ ਵਾਂਗ ਹੀ ਚਿਰਸਦੀਵੀ ਖੁਸ਼ੀ ਦੇਣ ਵਿੱਚ ਅਸਮਰਥ ਹੁੰਦੀਆਂ ਹਨ ਪ੍ਰਵਾਸ ਕੁਦਰਤ ਦਾ ਸਹਿਜ ਵਰਤਾਰਾ ਹੈ ਪਰ ਬਹਤਾਤ ਵਿੱਚ ਵੀ ਕੋਈ ਚੀਜ਼ ਚੰਗੀ ਨਹੀਂ ਇਹ ਕਰੇ ਬਜ਼ੁਰਗ ਬਾਬੇ ਜਾਂ ਬੇਬੇ ਦਾ ਬੱਚਿਆਂ ਬਗੈਰ ਰਹਿਣਾ ਕੂੜ ਔਖਾ ਜਿਸ ਦਾ ਜੀਵਨ ਸਾਥੀ ਪਹਿਲਾਂ ਹੀ ਉਸ ਨੂੰ ਮਸ਼ورہ ਦੇ ਕੇ ਪਰਲੋਕ ਗਮਨ ਕਰ ਗਿਆ ਹੋਵੇ ਆਸ ਕਰਦਾ ਉਹਨਾਂ ਸਭ ਨੇਕ ਸਪੂਤਾਂ ਤੋਂ ਇਹੋ ਪੈਸੇ ਲਾ ਪੀਸਾਂ ਪਰ ਮਾਪੇ ਨੂੰ ਜੋ ਕੱਲੇ ਪੰਜਾਬ ਹਨ ਵਿਦੇਸ਼ ਆਪਣੇ ਪਾਸ ਲੈ ਕੇ ਜਾਣ ਦਾ ਹਰ ਹੀਲਾ ਤੇ ਉਪਰਾਲਾ ਕਰਨਗੇ ਦੂਜੀ ਬੇਨਤੀ ਉਹਨਾਂ ਮਾਪਿਆਂ ਨੂੰ ਵੀ ਹੈ ਜਿਨ੍ਹਾਂ ਦਾ ਬੱਚਾ ਇਕਲੌਤਾ ਹੈ ਜਾਂ ਜਿਨ੍ਹਾਂ ਦਾ ਕੋਈ ਬੱਚਾ ਬਾਹਰਲੀ ਧਰਤੀ ਤੇ ਪਹਿਲਾਂ ਹੀ ਜਾ ਚੁੱਕਾ ਹੈ ਕੀ ਕਿਰਪਾ ਕਰੋ ਦਰਸ ਕਰੋ ਆਪਣੇ ਆਪ ਤੇ ਪੰਜਾਬ ਤੇ ਇੱਕ ਬੱਚਾ ਆਪਣੇ ਕੋਲ ਘਟੋ ਘਟ ਇੱਥੇ ਰੱਖੋ ਤੇ ਪ੍ਰੋਫੈਸ਼ਨਲੀ ਪ੍ਰਵਾਨ ਚੜਾਓ ਤਾਂਕਿ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਤੁਹਾਡਾ ਬੀ ਨਾਸ਼ ਨਾ ਹੋ ਜਾਵੇ